ਇਹ ਥੋੜ੍ਹੀ ਕੁਆਂਟਿਟੀ ਦੇ ਵਿੱਚ ਅਸੀਂ ਪਾਣੀ ਲਾ ਲਏ ਅਤੇ ਇਹ ਹੁਣ ਰੱਖਦੇ ਪਏ ਰੇਤ ਦੇ ਟੀਲੇ 'ਤੇ। ਅਸਾਂ ਵੀ ਇੱਕ ਚਾਹ ਪੱਕ ਦਈਏ, ਪਾਣੀ ਉਬਲਦਾ ਨਹੀਂ ਉਬਲਦਾ, ਇਹਦੇ ਚਾਹ ਮਿੱਠਾ ਵੀ ਗੱਸਾਂ, ਦੁੱਧ ਵੀ ਗੱਸਾਂ, ਰੱਖਦੇ ਪਏ ਰੇਤ ਦੇ ਟੀਲੇ 'ਤੇ, ਚੱਲਦੇ ਹਾਂ ਉਹਨਾਂ। ਇਹ ਪਾਣੀ ਲੈ ਆਉਂਦਾ ਇਸੇ ਨਲਕੇ ਤੋਂ। ਹੁਣ ਵੀ ਗੱਦੇ ਪਏ ਚੀਨੀ, ਉਸ ਤੋਂ ਬਾਅਦ ਦੁੱਧ ਐਡ ਹੁੰਦਾ ਪਿਆ, ਦੁੱਧ ਦੁੱਧ ਗੱਤਣ ਤੋਂ ਬਾਅਦ ਦੁੱਧ ਚਾਹ ਦੇ। ਜੀ ਦੋਸਤੋ, ਇੱਥੇ ਚਾਹ ਮਿੱਠਾ ਦੁੱਧ ਹਰ ਸ਼ੇ ਗੱਤ ਕੀਤਾ ਸੀ, ਹੁਣ ਰੱਖਦੇ ਪਏ ਰੇਤ ਦੇ ਟੀਲੇ 'ਤੇ। ਇਹ ਸਰ ਤੋਂ ਲਾਂਬੜ ਕੋਨੇ ਸੀ ਚਾਹੁੰਦਾ, ਉੱਤੋਂ ਅਸਾਂ ਡੇਢ ਸਾਂ ਕੈਬ, ਉੱਥੇ ਕੈਬ ਰੱਖ ਰਹੀ ਸਾਂ, ਅਤੇ ਹੁਣ ਉੱਥਾਂ ਰੇਤ ਦੇ ਟੀਲੇ 'ਤੇ ਬਹਿੰਦੇ, ਉੱਥੇ ਰੱਖਦੇ ਪਏ ਚਾਹ। ਉਸ ਤੋਂ ਬਾਅਦ ਉਹ 3 ਘੰਟਿਆਂ ਤੋਂ ਬਾਅਦ ਸਾਂ ਭਾਈ ਸਰ, ਹੁਣ ਇਸ ਟਾਈਮ ਅਸਾਂ ਛਾਂ 'ਤੇ ਖਲੋਤੇ ਹਾਂ, ਵੱਧ ਵੀ ਕਾਫੀ ਜ਼ਿਆਦਾ ਗਰਮੀ ਹੈ, ਅਤੇ ਹੁਣ ਰੇਤ ਦੇ ਟੀਲੇ 'ਤੇ ਉੱਥੇ ਰੱਖਦੇ ਪਏ ਦੇਖ ਕੇ, ਹੁਣ 2-4 ਘੰਟਿਆਂ ਤੋਂ ਬਾਅਦ ਵਾਂ ਸਾਂ ਭਾਈ ਚਾਹ ਪੱਕਦੀ ਹੈ ਨਹੀਂ ਪੱਕਦੀ। ਰੱਖਦੇ ਪੈਣ 2 ਘੰਟਿਆਂ ਤੋਂ ਬਾਅਦ ਇੱਕ ਸਾਂ ਭਾਈ ਕੈਮਰਾ ਹੁਣ ਟਰਾਈਪੋਡ ਸਟੈਂਡ 'ਤੇ ਲੈਂਦੇ ਪੈਣ, ਅਤੇ ਚਾਹ ਵੀ ਪੱਕਦੀ ਰਹੀ ਸੀ, ਸਾਰਾ ਮੁਕੰਮਲ ਵੀ ਉੱਥੋਂ ਕੁੜੀ ਕਹਿੰਦੇ ਸਾਂ। ਹੁਣ ਰੱਖਦੇ ਪੈਣ ਬਹਿੰਦੇ ਪੈਣ ਛਾਂ 'ਤੇ। ਜੀ ਦੋਸਤੋ, ਅਤੇ ਅਸੀਂ ਉੱਥੇ ਰੱਖ ਦਿੱਤੀ ਹੈ ਦੇਜਕੀ। ਦੇਜਕੀ ਰੱਖਣ ਤੋਂ ਬਾਅਦ 2 ਘੰਟੇ ਵੇਟ ਕਰੀਨੇ ਆ, ਉਸ ਤੋਂ ਬਾਅਦ ਇੱਕ ਸਾਂ ਭਾਈ ਇੱਕ ਚਾਹ ਪੱਕਦੀ ਕਿ ਨਾ। ਅਸਾਂ ਉੱਤੇ ਆਪਣੀ ਕੈਪ ਰੱਖ ਦਿੱਤੀ ਹੈ, ਉੱਥੋਂ ਤਲਾਂਬੜ ਕੋਲ ਨਾਲ ਲੈ ਕੇ ਆਏ ਦੇਜਕੀ ਦਾ, ਅਤੇ ਚਾਹ ਦਾ ਮੁਕੰਮਲ ਵਿਊ ਦੇਖ ਸਾਂ ਇੱਕ ਪੱਕਦੀ ਹੈ ਕਿ ਨਾ। ਬਿਲਕੁਲ ਦੇਖ ਸਕਦੇ ਨੇ ਸਾਰੇ ਪਾਸੇ ਨਾ, ਸਾਰਾ ਕੁਝ ਹੀ ਮਾਹੌਲ ਹੈ ਖੂਬਸੂਰਤ। ਇਹ ਅਸਾਂ ਹੁਣ ਰੱਖ ਦਿੱਤੀ ਹੈ ਦੇਜਕੀ ਰੇਤ ਦੇ ਟੀਲੇ 'ਤੇ। ਥੋੜ੍ਹੀ ਦੇਰ ਤੋਂ ਬਾਅਦ ਇੱਕ ਸਾਂ ਦੇਖਾਂ ਕਾਸ਼ੇ ਪੱਕਦੀ ਹੈ ਕੋਈ ਨਾ, ਚਾਹ ਪੱਕਦੀ ਹੈ ਕਿ ਨਾ। ਦੇਖ ਸਕਦੇ ਨੇ ਚਾਹ ਉੱਥੇ ਰੱਖ ਦਿੱਤੀ ਸੀ, ਅਤੇ ਮੁਕੰਮਲ ਵਿਊ ਦਿਖਾਉਂਦੇ ਸਾਂ।
ਜੀ ਗੱਲ ਇਹ ਸੰਗਦੇ ਨੇ ਚਾਹ ਜਿਹੜੀ ਪੱਕ ਤੇ ਰੈਡੀ ਹੋ ਚੁੱਕੀ ਹੈ, ਹੁਣ ਤਾਂ ਕੁੜੀ ਕਹਿੰਦੇ ਆ ਇਹਨੂੰ ਪਾ ਕੇ ਕੱਪ ਦੇ ਵਿੱਚ ਬਈ ਗਰਮ ਵਿੱਚੋਂ ਹਵਾ ਨਿਕਲ ਜਾਏ ਕਿ ਨਾ, ਸਭ ਮੁਕੰਮਲ ਸੈਟਅਪ ਦਿਖਾਉਂਦੇ ਹਾਂ। ਅਤੇ ਚਾਹ ਜਿਹੜੀ ਅਸੀਂ ਸਿਰਫ ਰੇਤ ਦੇ ਟੀਲੇ 'ਤੇ ਰੱਖੀਏ ਅਤੇ ਮੁਕੰਮਲ ਰੰਗ ਹੀ ਚੇਂਜ ਕਰ ਗਈ, ਪੱਕ ਵੀ ਗਈ। ਅਤੇ ਤੁਹਾਨੂੰ ਸਾਰਾ ਸੈਟਅਪ ਦਿਖਾਇਆ ਇਸ, ਅਗਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਕਿੱਪ ਨਹੀਂ ਕਰਨਾ, ਸਬਸਕ੍ਰਾਈਬ ਵੀ ਕਰ ਰਹੇ ਹੋਣੇ। ਹੁਣ ਜਾਨ ਨੂੰ ਪਾ ਕਰੀ ਦੇ ਪਾਰ ਇੱਕ ਟੈਸਟ ਚੈੱਕ ਕਰੀ ਦੇ ਬਈ ਅੱਗ ਤੋਂ ਬਗੈਰ ਵਾਲੀ ਚਾਹ ਦਾ ਟੈਸਟ ਕਿਹੋ ਜੇ ਸੂਰਜ ਦੀ ਗਰਮੀ ਨਾਲ ਚੈੱਕ ਕਰ ਪਾਈ ਜਾਂ। ਅੱਛਾ ਚੈੱਕ।